ਜਗਦੀਸ਼ ਕੌਰ ਮਾਨ ਦੀ ਕਹਾਣੀ ਪਛਤਾਵਾ ਕਰਮਿਆਂ ਓਏ ਕਰਮਿਆਂ ਤੂੰ ਕਿਹੜੀਆਂ ਸੋਚਾਂ ਚ ਗਲਤਾਨ ਹੋਇਆ ਬੈਠਾ ਹੈ ਉਹਨੂੰ ਚਾਹ ਦਾ ਗਲਾਸ ਫੜੀ ਨਵੇਕਲੇ ਜੇ ਬੈਠੇ ਨੂੰ ਨਾਲ ਦੇ ਇੱਕ ਮਜ਼ਦੂਰ ਨੇ ਮੋਢੇ ਤੋਂ ਫੜ ਕੇ ਹਲੂਣਿਆ ਓਏ ਨਾਜਰਾ ਆ ਜਾ ਓਰੇ ਇਹ ਨਹੀਂ ਹੁਣ ਆਪਣੇ ਚ ਰਲਦਾ ਇਹ ਤਾਂ ਹੁਣ ਸਾਰਾ ਦਿਨ ਆਪਣੀ ਮੇਮ ਦੇ ਖਿਆਲਾਂ ਚ ਹੀ ਗੁੱਚਿਆ ਰਹਿੰਦਾ ਲੰਬ ਪਤਾ ਨਹੀਂ ਕਿੱਥੋਂ ਜਾਂਦੀਆਂ ਨੇ ਇਹਨੂੰ ਸulfhe ਦੀ ਲਾਟ ਅਰ ਗਈਆਂ ਆਪਣੀਆਂ ਵੋਟੀਆਂ ਵਾਰੀ ਤਾਂ ਮੈਨੂੰ ਲੱਗਦਾ ਰੱਬ ਕੋਲੇ ਗੋਰੇ ਰੰਗ ਦਾ ਸਟਾਕ ਹੀ ਮੁੱਕ ਗਿਆ ਹੋ ਇੱਕ ਹੋਰ ਕੰਮ ਏ ਸਰੂਫੇ ਨੇ ਉਹਨੂੰ ਝੇਡ ਕੀਤੀ ਓਏ ਉਹ ਵੀ ਸੌ ਮਹਾਰਾਜ ਦੀ ਵਾਲੀ ਹੋਈ ਸੌ ਹੈ ਆ ਬੁੜੀਆਂ ਦੱਸਦੀਆਂ ਵੀ ਅੱਖ ਚ ਪਾਈ ਕਿਹੜਾ ਰੜਕਦੀ ਐ ਇੱਕ ਹੋਰ ਸੌ ਜੇ ਦਿਖ ਵਾਲੇ ਮਜ਼ਦੂਰ ਨੇ ਹਥੇਲੀ ਤੇ ਜੜਦਾ ਮਿਲਦਿਆਂ ਉਹਦੀ ਬੋਟੀ ਦੀ ਤਾਰੀਫ ਕੀਤੀ ਪਰ ਉਹ ਕਰਦਿਆਂ ਨੇ ਨਾਂ ਕਾਦਾ ਕਰਮਾਂ ਰੱਖਿਆ ਹੈ ਇਹ ਤਾਂ ਸੱਚੀਓਂ ਹੀ ਕਰਮਾਂ ਵਾਲਾ ਹੈ ਆਹ ਦੇਖ ਲੋ ਤੁਹਾਡੇ ਸਾਹਮਣੇ ਹੀ ਆ ਉਹ ਸਾਡੇ ਵਰਗੇ ਇੱਕ ਨੂੰ ਤਰਸਦੇ ਆ ਇੱਧਰ ਦੇਖ ਲੋ ਬਈ ਰਸੇ ਹੋਏ ਲਗਾਠਾਂ ਵਰਗੀਆਂ ਦੋ ਦੋ ਜੁੜੀ ਜਾਂਦੀਆਂ ਉਹ ਇਹ ਤਾਂ ਪਹਿਲਾਂ ਹੀ ਟੱਕ ਨੂੰ ਚੁੱੱਚ ਦੱਸਦਾ ਸੀ ਇਹਨੇ ਇਹ ਕੀ ਕਰਨੀ ਸੀ ਕੋਈ ਤਰਸ ਖਾ ਕੇ ਮਾਤੜ ਵਰਗੇ ਦੀ ਦੱਸਵਾ ਦਿੰਦਾ ਉਹ ਅਸੀਂ ਵੀ ਧਰਮਰਾਜ ਮੂਰੇ ਜਾ ਕੇ ਬਿਆਨ ਦੇਣ ਜੋਗੇ ਹੋ ਜਾਂਦੇ ਵੀ ਅਸੀਂ ਵੀ ਤੀਵੀਂ ਦੀਆਂ ਪੱਕੀਆਂ ਖਾਂਦੇ ਆਏ ਹਾਂ ਸ਼ੇਰੂ ਛੜੇ ਦੀ ਗੱਲ ਤੇ ਉੱਥੇ ਬੈਠਿਆਂ 'ਚ ਹਾਸੇ ਦੇ ਫੁਆਰੇ ਛੁੱਟ ਪਏ। ਉਹਨੇ ਕਿਸੇ ਵੀ ਗੱਲ ਦਾ ਉੱਤਰ ਨਹੀਂ ਸੀ ਦਿੱਤਾ ਬਸ ਚੁੱਪਚਾਪ ਸਾਰਿਆਂ ਦੀ ਬਕਚਾਟਾਂ ਸੁਣੀ ਜਾਂਦਾ ਸੀ। ਨਾਲੇ ਸੋਚੀ ਜਾਂਦਾ ਸੀ ਕਿ ਸਾਲਿਆਂ ਨੂੰ ਮਸਾਂ ਗੱਲ ਥਿਆਈ ਹੈ। ਪਰ 부ਝੀ ਤਾਂ ਇਹਨਾਂ ਨੇ ਸੱਚੀ ਗੱਲ ਹੀ ਆ। ਸੋਚਦਾ ਤਾਂ ਮੈਂ ਉਹਦੇ ਬਾਰੇ ਹੀ ਆ। ਉਹ ਸਾਰੇ ਐਫਸੀਆਈ ਦੇ ਗੱਲਾਂ ਮਜ਼ਦੂਰ ਸਨ ਜਿਨ੍ਹਾਂ ਦੀ ਸਪੈਸ਼ਲ ਤੇ ਰਾਤ ਦੀ ਡਿਊਟੀ ਸੀ। ਸਾਂ-ਸਾਂ ਕਰਦੀ ਕਾਲੀ ਬੋਲੀ ਟਿੱਕੀ ਹੋਈ ਰਾਤ ਵਿੱਚ ਬੀਂਡੇ ਤੇ ਉੱਲੂ ਆਪਣਾ ਰਾਗ ਲਾਪਰੇ ਸਨ ਕਿਤੋਂ ਦੂਰੋਂ ਗਿੱਦੜ ਦੇ ਹਵੰਕਣ ਦੀ ਆਵਾਜ਼ ਰਾਤ ਦੀ ਭਿਆਨਕਤਾ ਨੂੰ ਹੋਰ ਵੀ ਡਰਾਣੀ ਬਣਾ ਰਹੀ ਸੀ ਇਸ ਸੁੰਨਸੰਨ ਥਾਂ ਤੇ ਰੇਲਵੇ ਦੇ ਗੋਦਾਮਾਂ ਦੇ ਕੋਹਲੇ ਵੱਡਾ ਸਾਰਾ ਸ਼ਮਸ਼ਾਨ ਘਾਟ ਸੀ ਜਿੱਥੋਂ ਦੀ ਲੰਘਦਿਆਂ ਕਈ ਬੰਦੇ ਦਿਨ ਦੀ ਵੀ ਪਮੱਤਰ ਜਾਂਦੇ ਸਨ ਪਰ ਉਹ ਬਹਾਦਰ ਪੰਜਾਬੀ ਮਜ਼ਦੂਰ ਉਸ ਸੁੰਨੀ ਥਾਂ ਤੇ ਵੀ ਜੰਗਲ ਚ ਮੰਗਲ ਲਾਈ ਬੈਠੇ ਸੀ ਅੱਧੀ ਰਾਤ ਤੱਕ ਉਹਨਾਂ ਨੇ ਅੱਧੇ ਵੱਧ ਕੰਮ ਨਿਪਟਾ ਲਿਆ ਸੀ। ਇੱਕੋ ਜਿਹੇ ਰਲੇ ਹੋਏ ਚੋਬਰ ਇੱਕ ਦੂਜੇ ਨੂੰ ਟੀਚਰਾ ਮਸਕਰੀਆਂ ਕਰਦੇ ਸਨ। ਆ ਤੌਖੇ ਕੰਮ ਨੂੰ ਵੀ ਬੱਚਿਆਂ ਦੀ ਖੇਡ ਵਾਂਗ ਸਮਝ ਰਹੇ ਸਨ। ਰਾਤ ਦੇ 12 ਵਜੇ ਉਹ ਗੋਦਾਮਾਂ ਦੇ ਨਾਲ ਲੱਗਦੇ ਟਾਬੇ ਤੋਂ ਚਾਹ ਪੀ ਰਹੇ ਸਨ। ਨਾਲ ਹੀ ਗੱਪ-ਸ਼ੱਪ ਵੀ ਚੱਲ ਰਹੀ ਸੀ। ਚਾਹ ਦੇ ਨਾਲ ਉਹਨਾਂ ਨੇ ਭੋਰਾ-ਭੋਰਾ ਮਾਵਾ ਮਾਵਾ ਵੀ ਲੈ ਲਿਆ ਸੀ ਤੇ ਹੁਣ ਬਾਕੀ ਬਚਿਆ ਕੰਮ ਖਿੱਚਣ ਲਈ ਕਮਰ ਕੱਸ ਰਹੇ ਸਨ। ਸਵੇਰ ਹੋਣ ਤੱਕ ਉਹ ਵੀ ਨਾਲ ਦੇ ਮਜ਼ਦੂਰਾਂ ਨਾਲ ਵਿਹਲਾ ਹੋ ਗਿਆ ਸੀ ਸਮੇਤ ਹਿਸਾਪੱਤੀ ਉਹਨੂੰ ਵਾਵਾ ਦਿਹਾੜੀ ਬਣ ਗਈ ਟਾਬੇ ਤੋਂ ਸਵੇਰ ਦੀ ਚਾਹ ਪੀ ਕੇ ਉਹ ਘਰ ਨੂੰ ਤੁਰ ਪਿਆ ਉਹਦੀ ਸੋਚ ਤੰਦ ਫਿਰ ਪਤਨੀ ਨਾਲ ਜਾ ਜੁੜੀ ਲੈ ਅ ਦਿਨ ਰਾਤ ਟੁੱਟ ਟੁੱਟ ਮਰੀਦਾ ਘਰੇ ਜਾਈਦਾ ਤਾਂ ਗੋਭੂ ਜੀ ਹੋਈ ਮੋਮਬਤੀ ਵਾਂਗ ਮਿਲਦੀ ਹੈ ਬੰਦਾ ਜਦੋਂ ਥੱਕਿਆ ਹਾਰਿਆ ਬਾਹਰੋਂ ਜਾਵੇ ਜਨਾਨੀ ਅੱਗੋਂ ਹੱਸ ਕੇ ਮਿਲੇ ਤਾਂ ਅੱਧਾ ਠੇਕੇ ਮੈਂ ਤਾਂ ਉਹੀ ਲੱਥ ਜਾਂਦਾ ਬੰਦੇ ਦਾ ਪਰ ਇਹ ਹੱਸਣਾ ਤਾਂ ਜਾਣਦੀ ਹੋਈ ਨਹੀਂ ਮੈਂ ਤਾਂ ਇਹਦਾ ਦਿਲ ਆਉਣ ਵਾਸਤੇ ਘਰੇ ਟੀਵੀ ਵੀ ਲਵਾਤਾ ਵੀ ਚੱਲ ਇਹਦਾ ਜੀ ਪਰਚਿਆ ਰੋ ਪਰ ਇਹਨੂੰ ਤਾਂ ਸ਼ੌਕ ਹੀ ਕੋਈ ਨਹੀਂ ਸਾਰਾ ਦਿਨ ਰੁਲੀ ਰਹੋ ਚੰਗੀ ਭਲੀ ਸ਼ਕਲ ਸੂਰਤ ਤੇ ਰੋਂਦੂ ਜੀ ਬਣਾਈ ਰੱਖੋ ਘਰ 'ਚ ਸਭ ਕੁਝ ਹੁੰਦਿਆਂ ਸੁੰਦਿਆਂ ਮਜਾ ਆਲੇ ਇਹਦੇ ਚਿੱਤ 'ਚ ਬਣ ਫੱਬ ਕੇ ਰਹਿਣ ਦੀ ਰੀਝ ਆ ਜਾਏ ਘਰ ਚ ਸਭ ਕੁਝ ਹੁੰਦਿਆਂ ਸੁੰਦਿਆਂ ਮਜਾ ਲਾਇ ਇਹਦੇ ਚਿੱਤ ਚ ਬਣ ਫੱਬ ਕੇ ਰਹਿਣ ਦੀ ਰੀਝ ਆ ਜਾਏ ਹੋਰ ਚੌ ਦਿਨਾਂ ਨੂੰ ਘਰ ਚ ਨਵਾਂ ਜੀ ਆਉਣ ਵਾਲਾ ਇਹੋ ਜੀ ਹਾਲਤ ਵਿੱਚ ਤਾਂ ਜਨਾਨੀਆਂ ਦਾ ਚਾਹ ਨਹੀਂ ਚੁੱਕਿਆ ਜਾਂਦਾ ਹੁੰਦਾ ਪਰ ਇਹ ਖਬਰੇ ਕਿਹੜੀ ਮਿੱਟੀ ਦੀ ਬਣੀ ਹੋਈ ਹੈ ਹੱਸਦੀ ਖੇਡਦੀ ਤਾਂ ਮੈਨੂੰ ਕਦੇ ਦਿਸੀ ਨਹੀਂ ਹਮੇਸ਼ਾ ਇਹਦੇ ਬੁੱਲਾਂ ਤੇ ਸਿਕਰੀ ਜੰਮੀ ਰਹਿੰਦੀ ਹੈ ਘਰ ਚ ਹੂੰ ਹਾਂ ਕਰਨ ਵਾਸਤੇ ਕੁੜੀਆਂ ਵੀ ਹੈ ਹੈਗੀਆਂ ਪਰੇਸ਼ ਪੱਥਰ ਦੇ ਬੁੱਤ ਜੈ ਨੂੰ ਖਬਰ ਨਹੀਂ ਜੀਵ ਵੀ ਨਹੀਂ ਲਾਈ ਰੱਬ ਨੇ ਬਸ ਬੈਠੀ ਸੋਚੀ ਜਾਉ ਸੋਚੀ ਜਾਉ ਕਿੱਥੋਂ ਸਾਲਾ ਮੈਂ ਮਰਿਆ ਸੱਪ ਗੜ ਪਾ ਲਿਆ ਵਿਆਹ ਦਾ ਤਾਂ ਮੈਂ ਇੱਕਦਾਈ ਬਥੇਰਾ ਸਵਾਦ ਚੱਕ ਲਿਆ ਸੀ ਅੱਗੇ ਕਿਤੇ ਕੋਈ ਕਸਰ ਰਹਿ ਗਈ ਸੀ ਜਿਹੜੀ ਹੁਣ ਪੂਰੀ ਕਰਨੀ ਸੀ ਅਖੇ ਸੋਹਣੀ ਸੁਨੱਖੀ ਤੀਵੀ ਹੈ ਮਗਰ ਕੋਈ ਜੁਆਕ ਜੱਲਾ ਵੀ ਹੈ ਨਹੀਂ ਆਉਣ ਆਲ ਤੇ ਚੱਟਣਾ ਸੀ ਮੈਂ ਇਹਦੇ ਰੰਗ ਰੂਪ ਨੂੰ ਆ ਵੀ ਵੱਧ ਉਸੇ ਆਪਾਸੇ ਛੇਡ ਲਿਆ ਮੈਂ ਜੰਗੀ ਭਲੀ ਕਰੇ ਰੋਟੀ ਪੱਕੀ ਜਾਂਦੀ ਸੀ ਕੀ ਲੈਣਾ ਸੀ ਮੈਂ ਪੰਗਾ ਲੈ ਕੇ ਪਰ ਹੈ ਓਏ ਕਮਲਿਆ ਮਨਾ ਬੰਦਾ ਕਿਤੇ ਕੱਲੀ ਰੋਟੀ ਦਾ ਮਾਰਿਆ ਭੱਜਿਆ ਫਿਰਦਾ ਬੰਦਾ ਕਿਤੇ ਕੱਲੀ ਰੋਟੀ ਦਾ ਮਾਰਿਆ ਭੱਜਿਆ ਫਿਰਦਾ ਦਿਨ ਰਾਤ ਇਹ ਵਿਆਹ ਦਾ ਲਾਲਚ ਵੀ ਸੋਰੀ ਦਾ ਕੀ ਆ ਚੀਜ਼ ਹੈ ਬੰਦਾ ਭਾਵੇਂ ਕਬਰਾਂ 'ਚ ਜਾਣ ਵਾਲਾ ਹੋਵੇ ਵਿਆਹ ਵਾਸਤੇ ਤਾਂ ਉਹ ਵੀ ਤਿਆਰ ਹੋ ਜਾਂਦਾ ਮੇਰੀ ਤਾਂ ਜੀ ਉਮਰੀ ਕੀ ਆ ਨਾਲੇ ਮੈਂ ਕਿਹੜਾ ਕੋਈ ਅਲੋਕਾਰੀ ਗੱਲ ਕਰਤੀ ਸਾਰਾ ਜਹਾਨੀ ਮੇਰੇ ਅਰਗੀ ਹਾਲਤ ਚ ਦੂਜਾ ਵਿਆਹ ਕਰਵਾਉਂਦਾ ਪਰ ਪਤਾ ਤਾਂ ਲੱਗੇ ਵਿੱਚੋਂ ਗੱਲ ਕੀ ਐ ਕਾ ਤੂੰ ਨੀਏ ਘਰ ਚ ਭਿੱਜਦੀ ਚਲ ਦੇਖੀ ਜਾ ਮੈਂ ਵੀ ਅੱਜ ਉਹ ਤੋਂ ਪੁੱਛ ਕੇ ਹੀ ਛੱਡਣਾ ਰਾਤ ਤੁਰੇ ਆਉਂਦਿਆਂ ਉਹਨੂੰ ਇੱਕ ਸੰਤਰਿਆਂ ਦੀ ਰੇੜੀ ਦਿਸ ਪਈ ਨਾਰੰਗੀ ਰੰਗ ਦੇ ਤਾਜ਼ਾ ਥੋੜੇ ਸੰਤਰਿਆਂ ਨਾਲ ਰੇੜੀ ਸਜੀ ਖੜੀ ਸੀ ਕਿਵੇਂ ਲਾਇਆ ਬਾਈ ਉਹਨੇ ਰੇੜੀ ਵਾਲੇ ਨੂੰ ਪੁੱਛਿਆ 12 ਰੁਪਏ ਦਰਜਨ ਚੰਗਾ ਫਿਰ ਪਾ ਦੇ ਲਫਾਫੇ ਚ ਇੱਕ ਦਰਜਨ ਵਧੀਆ ਜੇ ਉਨੇ ਬਾਹਰ ਤੋੜਨ ਦੀ ਵੀ ਕੋਸ਼ਿਸ਼ ਨਾ ਕੀਤੀ। ਉਹਨੂੰ ਉਮੀਦ ਸੀ ਵੀ ਇੰਨੇ ਸੋਹਣੇ ਸੰਤਰੇ ਦੇਖ ਕੇ ਉਹ ਖੜ ਜਾਊਗੀ। ਭੱਜੀ-ਭੱਜੀ ਉਹਦੇ ਵਾਸਤੇ ਚਾਹ ਦਾ ਕੱਪ ਬਣਾ ਕੇ ਲਿਆਊਗੀ। ਚਾਹੀ, ਚਾਹੀ ਰੋਟੀ ਪਾਣੀ ਦਾ ਧਾਰ ਕਰੇਗੀ। ਐਨੈਚਰ ਨੂੰ ਘਰ ਆ ਗਿਆ ਸੀ। ਉਹਨੇ ਦੇਖਿਆ ਉਹ ਮਈ ਉਦਾਸ ਪਰੇਸ਼ਾਨ ਜੀ ਫਿਰ ਰਹੀ ਸੀ। ਜਿਵੇਂ ਕੋਈ ਬਹੁਤ ਹੀ ਕੀਮਤੀ ਗਵਾਚੀ ਚੀਜ਼ ਲੱਭ ਰਹੀ ਹੋਵੇ। ਸੰਤਰੇ ਵਾਲਾ ਲਫਾਫਾ ਉਹਨੇ ਚੁੱਪ ਕਰਕੇ ਫੜ ਲਿਆ। ਪਰ ਖੋਲ ਕੇ ਬਿਨਾਂ ਵੇਖਿਆ ਕਿ ਇਸ 'ਚ ਕੀ ਹੈ। ਅਣਮੰਨੇ ਜੇ ਮਨ ਨਾਲ ਉਹਨੂੰ ਰੋਟੀ ਫੜਾਈ ਖਾਣ ਵਾਲੇ ਨੇ ਉਹਦਾ ਮੂਡ ਤਾੜਦੇ ਹੋਏ ਉਹਵੇਂ ਉਗਲ-ਨੁਗਲ ਕਰਕੇ ਪੇਟ ਨੂੰ ਝੁਲਕਾ ਦੇ ਲਿਆ ਰੋਟੀ ਖਾਣ ਪਿਛੋਂ ਚਾਹ ਐਉਂ ਪੀ ਰਿਆ ਸੀ ਜਿਵੇਂ ਕੋਈ ਮਰੀਜ਼ ਦਛਾਂ ਦਾ ਪੀ ਰਿਆ ਹੋਵੇ ਫਿਰ ਉਹ ਸੌਣ ਵਾਸਤੇ ਬਿਸਤਰੇ ਤੇ ਲੇਟ ਗਿਆ ਰਾਤ ਦਾ ਥੱਕਿਆ ਹੋਇਆ ਤੇ ਉਹ ਨੀਂਦਰਾ ਹੋਣ ਕਰਕੇ ਛੇਤੀ ਸੌਂ ਗਿਆ ਘਰਾੜੇ ਮਾਰਨ ਲੱਗ ਪਿਆ ਦਿਨ ਦੇ 1.5-2 ਵਜੇ ਉਹਦੀ ਅੱਖ ਖੁੱਲ੍ਹੀ ਪਤਨੀ ਦੁਪਹਿਰ ਦੀ ਚਾਹ ਲੈ ਕੇ ਚੁੱਪਚਾਪ ਉਹਦੇ ਸਿਰਾਨੇ ਖੜੀ ਸੀ ਉਹਨੂੰ ਬਾਹੂ ਫੜ ਕੇ ਆਪਣੇ ਕੋਲ ਬਿਠਾਉਂਦੇ ਹੋਏ ਉਹਨੇ ਗੱਲ ਸ਼ੁਰੂ ਕੀਤੀ ਸਿਮਰ ਆਖਰ ਗੱਲ ਕੀ ਆ ਤੂੰ ਇਉਂ ਉਖੜੀ ਉਖੜੀ ਕਿਉਂ ਰਹਿਣੀ ਐ ਮੈਨੂੰ ਤੂੰ ਕਦੇ ਵੀ ਹਸਦੀ ਖੇਡਦੀ ਨਜ਼ਰ ਨਹੀਂ ਆਉਂਦੀ ਜੇ ਤੈਨੂੰ ਕੋਈ ਦੁੱਖ ਤਕਲੀਫ ਹੈ ਤਾਂ ਮੈਨੂੰ ਖੁੱਲ੍ਹ ਕੇ ਦੱਸ ਥੋਨੂੰ ਮਰਦਾਂ ਨੂੰ ਕੀ ਪਤਾ ਧੀਵਿਆਂ ਦੇ ਦੁੱਖ ਤਕਲੀਫਾਂ ਦਾ ਉਹਨੇ ਸੰਖੇਪ ਜਿਹਾ ਉੱਤਰ ਦਿੱਤਾ ਲੈ ਜੇ ਦੱਸੇਂਗੀ ਫੇਰ ਹੀ ਮੈਨੂੰ ਪਤਾ ਲੱਗੂ ਐਂ ਕਿਹੜਾ ਮੈਂ ਜੋਤਸ਼ੀ ਆ ਪਤੀ ਨੇ ਉਹਦੇ ਮਨ ਦੀ ਬੰਦ ਕੰਧ ਵਿੱਚੋਂ ਇੱਕ ਇੱਟ ਖਸਕਾਉਣ ਦੀ ਕੋਸ਼ਿਸ਼ ਕੀਤੀ। ਜੇ ਮੈਂ ਦੱਸ ਦੇਵਾਂ ਬੁਰਾ ਤਾਂ ਨਹੀਂ ਮਨਾਉਂਦੇ। ਉਹਨੇ ਗੱਲ ਦੱਸਣ ਲਈ ਪਤੀ ਦੀ ਅਗਾਉਂ ਇਜਾਜ਼ਤ ਮੰਗੀ। ਉਹ ਨਹੀਂ ਬਾਬਾ ਬੁਰਾ ਮੈਂ ਕਾ ਤੂੰ ਮਨਾਉਂਗਾ ਤੂੰ ਦੱਸ ਤਾਂ ਸਹੀ। ਜੀ ਮੈਨੂੰ ਆਪਣਾ ਪਿਛਲਾ ਜੀਵਨ ਹੀ ਨਹੀਂ ਭੁੱਲਦਾ। ਬਥੇਰੀ ਕੋਸ਼ਿਸ਼ ਕਰਦੀਆਂ ਭੁਲਾਉਣ ਦੀ ਕੁਝ ਵੀ ਸਮਝ ਨਹੀਂ ਆਉਂਦੀ। ਕਿ ਮੈਂ ਚੰਗਾ ਕੀਤਾ ਕਿ ਮਾੜਾ। ਮੁੰਡਾ ਤਾਂ ਮੈਨੂੰ ਕਿਸੇ ਵਕਤ ਵੀ ਨਹੀਂ ਭੁੱਲਦਾ। ਚੁੱਤੋਂ ਬਹਿ ਰਿ ਢਿੱਡ ਤੇ ਚੜਿਆ ਰਹਿੰਦਾ ਚੰਦਰਾ। ਗੱਲ ਦੱਸਦੇ ਆ ਉਹਦੇ ਦਿਲ ਦੀ ਭਰੀ ਭਰਾਈ ਮਸ਼ਕ ਅੱਖਾਂ ਥਾਣੀ ਬਾਹਰ ਡੁੱਲਣੇ ਸ਼ੁਰੂ ਹੋ ਗਈ। ਅੱਛਾ ਅੱਛਾ ਹੂੰ ਸਮਝ ਗਿਆ ਮੈਂ ਤਾਂ ਇਹ ਗੱਲ ਐ ਅਜੇ ਤਾਂ ਤੈਨੂੰ ਮੁੰਡਾ ਹੀ ਯਾਦ ਆਉਂਦਾ ਵਹਿੰਦੀ ਰਹੇ ਹੋਰ ਥੋੜੇ ਕਿ ਦਿਨਾਂ ਨੂੰ ਤੈਨੂੰ ਮੁੰਡੇ ਦਾ ਪਿਓ ਵੀ ਚੇਤੇ ਆਊਗਾ। ਮੈਂ ਕਿਹੜਾ ਤੈਨੂੰ ਸੁੱਤੀ ਪਈ ਨੂੰ ਮੋਢੇ ਲਾ ਲਿਆ ਸੀ ਨੌਂ ਦੀ ਉਦੋਂ ਮੇਰੇ ਵੱਲੋਂ ਭਾਵੇਂ ਹੁਣੇ ਚਲੀ ਜਾ ਜੇ ਬਹੁਤਾ ਹੀ ਹੀਜ ਆਉਂਦਾ ਤਾਂ ਤੇਰੇ ਅਰਗੀਆਂ ਨੇ ਕਿਤੇ ਘਰ ਬਸਾ ਸਕਦੀਆਂ ਹੁੰਦੀਆਂ ਉਹ ਬੜ ਬੜ ਕਰਦਾ ਉੱਠ ਕੇ ਬਾਹਰ ਨੂੰ ਚਲਾ ਗਿਆ ਸੀ ਪਰ ਪਤਨੀ ਉੱਥੇ ਬੈਠੀ ਅਤੀਤ ਦੀਆਂ ਯਾਦਾਂ 'ਚ ਗਵਾਚ ਗਈ ਸੀ ਅੱਜ ਤੋਂ 8 ਸਾਲ ਪਹਿਲਾਂ ਉਹ 16 ਸਾਲਾਂ ਦੀ ਸੋਹਣੀ ਸੁਨਖੇਲ ਲੜਜੀ ਮੁਟਿਆਰ ਸੀ ਡੁੱਲ ਡੁੱਲ ਪੰਦੇ ਰੰਗ ਰੂਪ ਵਾਲੀ ਜਿਵੇਂ ਰੱਬ ਨੇ ਵਿਹਲੇ ਬੈਠ ਕੇ ਪੂਰੀ ਰੀਜ ਲਾ ਕੇ ਘੜੀ ਹੋਵੇ ਭੂਲੀ ਭਾਲੀ ਜੀ ਇੱਕ ਕੁੜੀ ਜ਼ਿੰਦਗੀ ਦੇ ਉਤਰਾਵਾਂ ਚੜਾਵਾਂ ਤੋਂ ਅਸਲੋਂ ਹੀ ਅਣਜਾਣ ਸੀ ਚਿੱਕੜ ਚੁੱਗੇ ਕਾਲ ਫੁੱਲ ਅਰਗੀ ਸਿਮਰੋ ਇੱਕ ਅਤ ਗਰੀਬ ਮਾਪਿਆਂ ਦੀ ਧੀ ਸੀ ਜਿਹੜੀ ਜਿਹੜੀ ਜ਼ਿਮੀਂਦਾਰਾਂ ਦੇ ਖਰਜੇ ਪੂਜੇ ਖਰਚ ਕੰਮ ਕਰਦੀ ਸੀ ਉਹਨੂੰ ਨਵੇਂ ਕੱਪੜੇ ਤਾਂ ਕਦੇ ਜੁੜੇ ਹੀ ਨਹੀਂ ਸੀ ਬਸ ਉਸ ਘਰ ਦੀਆਂ ਔਰਤਾਂ ਦਾ ਲਾਇਆ ਉਤਾਰ ਪਤਾਰ ਪਾ ਲੈਂਦੀ ਘਰ ਚ ਗਰੀਬੀ ਇੰਨੀ ਸੀ ਕਿ ਜੇ ਇੱਕ ਵੇਲੇ ਰੋਟੀ ਪੱਕ ਜਾਂਦੀ ਤਾਂ ਦੂਜੇ ਡੰਗ ਦਾ ਫਿਕਰ ਪੈ ਜਾਂਦਾ ਕਈ ਵਾਰੀ ਉਹਦੀ ਮਾਂ ਵੀ ਉਸ ਨਾਲ ਕੰਮ ਕਰਾਉਣ ਆ ਜਾਂਦੀ ਕੰਮ ਧੰਦੇ ਤੋਂ ਵਿਹਲੀ ਹੋ ਕੇ ਉਹਦੀ ਮਾਂ ਇੱਕ ਦਿਨ ਜ਼ਿਮੀਂਦਾਰਾਂ ਦੀ ਬਹੂ ਨਾਲ ਗੱਲ ਗੱਲਾਂ ਲੱਗ ਗਈ। ਧੀ ਇਹ ਆ ਕੁੜੀ ਦਾ ਫਿਕਰ ਮੈਨੂੰ ਵੱਡ-ਵੱਡ ਖਾਂਦਾ ਰਹਿੰਦਾ। ਸਾਡੀ ਦੋਹਾਂ ਜੀਆਂ ਦੀ ਨੀਂਦ ਹਰਾਮ ਹੋਈ ਪਈ ਆ ਇਹਦੇ ਕਰਕੇ। ਪੁੱਤ ਤੈਨੂੰ ਪਤਾ ਹੀ ਆ ਉੱਤੋਂ ਜਮਾਨਾ ਕਿਹੜਾ। ਸੋਹਣੇ ਸੁਨਖੇਤੀ ਪੁੱਤ ਨੂੰ ਤਾਂ ਆਕਾਸ਼ੋਂ ਵਿੱਜ ਪੈਂਦੀ ਆ। ਮੈਂ ਤਾਂ ਕਹਿਨੀ ਆ ਵੇਲਾ ਕਿਹੜਾ ਹੋਵੇ ਜਦੋਂ ਇਹਦੇ ਹੱਥ ਪੀਲੇ ਕਰਕੇ ਸੁਰਖ ਰੂ ਹੋਵਾਂ। ਆਮਾ ਜੀ ਤੂੰ ਇੰਨਾ ਫਿਕਰ ਨਾ ਕਰਿਆ ਕਰ ਕੁੜੀ ਦਾ। ਵਿਚਾਰੀ ਫੁੱਲ ਭਰਤਾ ਜਵਾਕੜੀ ਐ। ਇਹਨੂੰ ਹਲੇ ਹੁਣੇ ਹੀ ਕਾਨੂੰ ਪਾਉਣਾ ਇੱਕ ਬੀਲਦਾਰੀ ਦੇ ਚੱਕਰ ਚ। ਕੁਰੇ ਪੁੱਤ ਕੀ ਕਰਾਂ ਜਮਾਨਾ ਮੜਾ ਲੈ ਕੁਛ ਨਹੀਂ ਹੁੰਦਾ ਜਮਾਨੇ ਨੂੰ ਘੱਟੋ ਘੱਟ ਧੀ ਪੁੱਤ ਦੀ ਉਮਰ ਵਿਆਹ ਦੇ ਅਰਥ ਸਮਝਣ ਜੋਗੀ ਤਾਂ ਹੋਵੇ ਬਹੂ ਨੇ ਆਪਣੇ ਵੱਲੋਂ ਉਹਨੂੰ ਸਿਆਣੀ ਮੱਤ ਦਿੱਤੀ ਨਾ ਧੀ ਤੂੰ ਵੀ ਮੁੰਡੇ ਨੂੰ ਕਹੀਂ ਕਿਤੇ ਗੌਰ ਰੱਖੇ ਆਪਾਂ ਕਿਹੜਾ ਕੋਈ ਖੱਬੀ ਖਾਨ ਟੋਲਣਾ ਬਸ ਦਿਹਾੜੀ ਦੱਪੇ ਵਾਲਾ ਮੜਾ ਜੇ ਮੂੰਹ ਮੱਥੇ ਲੱਗਦਾ ਮੁੰਡਾ ਹੋਵੇ ਤੇ ਕੋਈ ਵੈਲ ਐਪ ਨਾ ਹੋਵੇ ਤੈਨੂੰ ਪਤਾ ਹੀ ਆ ਬਾਬਾ ਤੇਰਾ ਠਿੱਲਾ ਮੱਠਾ ਰਹਿੰਦਾ ਇਹੋ ਜੇ ਬੰਦੇ ਦੀ ਜ਼ਿੰਦਗੀ ਦਾ ਕੀ ਵਸਾਹ ਹੁੰਦਾ ਬੁੱਢੀ ਨੇ ਫੇਰ ਤਾਕੀਦ ਕੀਤੀ ਬਹੂ ਦੇ ਮਨ ਚ ਖਿਆਲ ਆਇਆ ਗੱਲ ਤਾਂ ਬੁਢੀ ਦੀ ਠੀਕ ਹੈ ਇਹਨਾਂ ਦੇ ਨਸ਼ੇੜੀ ਜੇ ਮੁੰਡੇ ਤਾਂ ਆਪਣੀ ਕੋਈ ਜ਼ਿੰਮੇਵਾਰੀ ਸਮਝਦੇ ਹੀ ਨਹੀਂ ਵਿਆਹ ਕਰਵਾ ਕੇ ਅੱਡ ਹੋਏ ਬੈਠੇ ਆ ਕੱਲ ਕੋਲੁੱਤਰ ਨੂੰ ਵਿਚਾਰੇ ਬੜੇ ਬੁੜੇ ਨੂੰ ਕੁਝ ਹੋ ਗਿਆ ਤਾਂ ਫੇਰ ਇਸ ਕੁੜੀ ਦਾ ਚਾਲੂ ਬਾਲੂ ਤਾਂ ਕਿਸੇ ਨੇ ਨਹੀਂ ਬੰਦਣਾ ਅੰਮਾ ਜੀ ਇੱਕ ਗੱਲ ਕਹਾਂ ਗੁੱਸਾ ਤਾਂ ਨਹੀਂ ਕਰੇਗੀ ਬਹੂ ਨੂੰ ਕੋਈ ਭੁੱਲੀ ਵਿਸਰੀ ਗੱਲ ਯਾਦ ਆ ਗਈ ਲੈ ਹੈ ਪੁੱਤ ਤੇਰੀ ਗੱਲ ਨਾਲ ਮੈਂ ਕਾਹਤੋਂ ਗੁੱਸਾ ਕਰੂੰਗੀ ਤੂੰ ਨਿਸੰਘ ਹੋ ਕੇ ਦੱਸ। ਨਾ ਭਾਈ ਮੈਂ ਨਹੀਂ ਦੱਸਦੀ। ਮੈਨੂੰ ਪਤਾ ਹੈ ਤੂੰ ਗੁੱਸਾ ਕਰ ਲੈਣਾ। ਲਹੈ ਕਮਲੀ ਜਦੋਂ ਮੈਂ ਤੈਨੂੰ ਕੇਰਾ ਹੀ ਕਹਿਤਾ ਵੀ ਨਹੀਂ ਗੁੱਸਾ ਕਰਦੀ। ਅੰਮਾ ਜੀ ਮੇਰੇ ਭਰਾ ਨਾਲ ਇੱਕ ਮੁੰਡਾ ਬੈਂਕ 'ਚ ਕੰਮ ਕਰਦਾ ਹੈ। ਥੋੜੀ ਬਰਾਦਰੀ ਦਾ ਹੀ ਹੈ। 10-12 ਸਾਲ ਹੋ ਗਏ ਵਿਆਹੇ ਨੂੰ ਵਿਚਾਰੇ ਦੇ ਘਰ ਔਲਾਦ ਨਹੀਂ ਹੋਈ। ਬਸ ਇਸੇ ਕਰਕੇ ਦੁਬਾਰਾ ਹੂਲਾ ਭੱਕਣਾ ਹੈ ਵਿਚਾਰੇ ਨੇ। ਮੇਰੇ ਭਰਾ ਨੂੰ ਕਈ ਵਾਰ ਕਹਿ ਚੁੱਕਿਆ ਵੀ ਜੇ ਤੇਰੀ ਨਿਗਾ ਵਿੱਚ ਕੋਈ ਕੁੜੀ ਹੋਈ ਤਾਂ ਦੱਸੀ। ਲੈਣ ਦੇਣ ਨੂੰ ਭਾਵੇਂ ਕੱਖ ਨਾ ਹੋਵੇ ਬਸ ਸਾਊ ਹੋਵੇ ਭਲੇ ਕਰਦੀ ਮੈਂ ਕਈ ਵਾਰ ਤੇਰੇ ਨਾਲ ਗੱਲ ਕਰਨ ਦਾ ਮਨ ਬਣਾਇਆ ਪਰ ਜੱਕਦੀ ਨੇ ਨਹੀਂ ਕੀਤੀ ਵੀ ਕਿਤੇ ਤੂੰ ਗੁੱਸਾ ਹੀ ਨਾ ਕਰ ਜਾਵੇਂ ਪੜਿਆ ਲਿਖਿਆ ਪਰਿਵਾਰ ਹੈ ਉਹਨਾਂ ਦੇ ਤਾਂ ਸੁਣਦੇ ਆਂ ਵੀ ਲਾਈ ਨਹੀਂ ਲੱਗਦੀ ਵਧੀਆ ਪੱਕਾ ਘਰ ਕਮਰਿਆਂ 'ਚ ਚਿਪਸਾਂ ਲੱਗੀਆਂ ਹੋਈਆਂ ਟੀਵੀ ਫਰਿੱਜ ਕੂਲਰ ਸਾਰਾ ਕੁਝ ਹੈ ਉਹਨਾਂ ਦੇ ਘਰੇ ਐ ਸਾਡੇ ਘਰਾਂ ਨਾਲੇ ਵੀਰਾ ਕਹਿੰਦਾ ਸੀ ਕਿ ਜੇ ਕੱਲ ਕੋ ਲੋਤਰ ਨੂੰ ਕੋਈ ਉਨਨੀਚੀ ਵੀ ਹੋਵੇ ਤਾਂ ਵੀ ਜ਼ਿੰਮੇਵਾਰੀ ਮੇਰੀ। ਮੋਟੀ ਨੇ ਗੱਲ ਮੁਕਾ ਕੇ ਜਦੋਂ ਪ੍ਰਤੀਕਰਮ ਜਾਣਨ ਲਈ ਕੁੜੀ ਦੀ ਮਾਂ ਦੇ ਮੂੰਹ ਹਾਲ ਵੇਖਿਆ ਤਾਂ ਉਹਨੂੰ ਉਹਦੀਆਂ ਅੱਖਾਂ ਵਿੱਚੋਂ ਗੁੱਸੇ ਦੇ ਚੰਗਿਆੜੇ ਨਿਕਲਦੇ ਦਿਸੇ। ਸ਼ਾਬਾਸ਼ ਪੁੱਤ ਤੇਰੇ। ਨਾ ਮੇਰੀ ਧੀ ਦੁਹਾਜੂ ਜੋਗੀ ਰਹਿ ਗਈ। ਮੈਨੂੰ ਨਹੀਂ ਵੀਰ ਮਨਜ਼ੂਰ। ਭਾਵੇਂ ਉਹਨਾਂ ਦਾ ਘਰ ਸੋਨੇ ਦੀ ਲੰਕਾਰਗਾ ਹੀ ਕਿਉਂ ਨਾ ਹੋਵੇ। ਗੁੱਸਾ ਦਿਖਾਉਂਦੀ ਹੋਈ ਬੁੜੀ ਨੇ ਸਾਫ਼ ਇਨਕਾਰ ਕਰਤਾ ਸੀ। ਦੇਖ ਲਓ ਅੰਮਾ ਜੀ ਮਰਜੀ ਆ ਤੁਹਾਡੀ ਉਹ ਕੁੜੀ ਤਾਂ ਰਾਜ ਕਰੂਗੀ ਉੱਥੇ ਨਹੀਂ ਫਿਰ ਵਿਚਾਰੀ ਨੇ ਘਾਤਾ ਖੋਤਣਾ ਹੀ ਆ ساری ਉਮਰ ਬੋਟੀ ਨੇ ਉਹਨੂੰ ਫੇਰ ਪਰਮਾਇਆ ਨਹੀਂ ਭਾਈ ਵੀਰ ਮੈਨੂੰ ਨਹੀਂ ਮਨਜ਼ੂਰ ਮਾਂ ਨੇ ਗੱਲ ਮੁੱਕ ਦੀ ਕਰਤੀ ਅੱਲੜ ਜੀ ਮੁਟਿਆਰ ਸਿਮਰੂ ਵੀ ਉਹਨਾਂ ਦੇ ਕੋਲ ਬੈਠੀ ਉਹਨਾਂ ਦੀ ਗੱਲਬਾਤ ਸੁਣ ਰਹੀ ਸੀ ਤੇ ਸੋਚੀ ਜਾ ਰਹੀ ਸੀ ਕਿ ਲਫੈਰ ਫੇਰ ਕੀ ਹੈ ਬੇਬੇ ਤਾਂ ਮੇਰੀ ਕਮਲੀ ਆ ਮੈਂ ਤਾਂ ਕਹਿੰਨੀ ਆ ਸੁੱਖ ਚਾਹੀਦਾ ਬੰਦੇ ਨੂੰ ਰਜਵੀ ਰੋਟੀ ਮਿਲਣੀ ਚਾਹੀਦੀ ਹੈ ਦਹਾਜੂ ਦਹੂਜੂ ਨੂੰ ਕੀ ਆ ਦੋ ਜੀ ਉਹ ਨੇ ਤੀਜੀ ਵਿੱਚ ਮੈਂ ਲੜ ਜੂਗੀ ਨਾਲੇ ਬਣਾ ਕੇ ਰੱਖਣੀ ਤਾਂ ਬੰਦੇ ਦੇ ਆਪ ਦੇ ਹੱਥ ਵਸ ਹੁੰਦਾ ਹੈ ਤੇ ਜੇ ਮੈਂ ਹੀ ਨਾ ਲੜੂਗੀ ਉਹ ਮੇਰੇ ਨਾਲ ਕਿਵੇਂ ਲੜਪੂਗੀ ਹੈ ਬੇਬੇ ਨੇ ਨਾਂ ਕਾ ਤੂੰ ਕਰਤੀ ਇਹ ਮੇਰੀ ਬੇਬੇ ਵੀ ਬਸ ਤੇ ਲਈ ਆ ਇੰਨਾ ਵਧੀਆ ਸਾਖ ਤਾਂ ਸਿਰੇ ਚੜਨਾ ਹੀ ਚਾਹੀਦਾ ਪਰ ਮੈਂ ਕੀ ਕਰ ਸਕਦੀ ਆ ਸਾਖ ਕਰਨਾ ਕਰਾਉਣਾ ਤਾਂ ਮਾਂ ਪਿਓ ਨਹੀਂ ਹੁੰਦਾ ਹੂੰ ਜੇ ਰਿਸ਼ਤਾ ਸਿਰੇ ਚੜ ਜਾਏ ਤਾਂ ਮੋਜਾਂ ਹੀ ਲੱਗ ਜਾਣਗੀਆਂ ਰਾਜ ਚੱਲੂ ਮੇਰਾ ਉਸ ਘਰ ਤੇ ਮਰਜੀ ਦਾ ਖਾਣ ਨੂੰ ਮਰਜੀ ਦਾ ਹੰਡਾਉਣ ਨੂੰ ਪਰ ਇਹ ਕੰਮ ਸਿਰਿ ਜਿਹੜੇ ਕਿਵੇਂ ਕਿਹਨੂੰ ਦੱਸਾਂ ਦਿਲ ਦੀ ਗੱਲ ਆਪਣੇ ਸੁਪਨਮਈ ਭਵਿੱਖ ਬਾਰੇ ਸੋਚ ਕੇ ਉਹਦੇ ਮਨ 'ਚ ਖੁਸ਼ੀ ਦੇ ਲੱਡੂ ਭਰ ਰਹੇ ਸਨ ਮਨ ਚੁੱਟਦੇ ਨ ਸਵਾਲਾਂ ਜਵਾਬਾਂ ਨੂੰ ਸੁਲਝਾਉਂਦੀ ਉਲਝਾਉਂਦੀ ਉਹ ਮਾਂ ਨਾਲ ਘਰ ਆ ਗਈ ਸੀ ਘਰ ਆਉਂਦਿਆਂ ਨੂੰ ਉਹਦੀ ਵੱਡੀ ਭੈਣ ਕੇ ਸਰਵਾਈ ਬੈਠੀ ਸੀ ਹੀਰਖੀ ਹੋਈ ਮਾਂ ਨੇ ਗਿੱਲਾਂ ਦੀ ਬਹੂ ਨਾਲ ਹੋਈ ਸਾਰੀ ਬਿੱਥੇ ਆਪਣੀ ਵੱਡੀ ਧੀ ਕਿਸਰੋਂ ਸੁਣਾਈ ਮਾਂ ਦੀ ਗੱਲ ਜੇ ਪੂਰੀ ਵੀ ਨਹੀਂ ਸੀ ਹੋਈ ਕਿ ਸਿਮਰੋ ਨੇ ਭੈਣ ਨੂੰ ਰੋਟੀ ਖਾਣ ਵਾਸਤੇ ਆਵਾਜ਼ ਮਾਰ ਲਈ ਭੈਣ ਜੀ ਰੋਟੀ ਪਾਈ ਪਈ ਆ ਆਜਾ ਆਪਾਂ ਦੋਵੇਂ ਭੈਣਾਂ ਇਕੱਠੀਆਂ ਖਾਈਏ ਰੋਟੀ ਦਾ ਤਾਂ ਇੱਕ ਬਹਾਨਾ ਸੀ ਰੋਟੀ ਤਾਂ ਬੇਬੇ ਕੋਲ ਬੈਠੀ ਨੂੰ ਵੀ ਫੜਾ ਸਕਦੀ ਸੀ ਉਹਨੇ ਤਾਂ ਆਪਣੇ ਦਿਲ ਦੀ ਗੱਲ ਦੱਸਣ ਲਈ ਜਾਣ ਬੁੱਝ ਕੇ ਕੱਲ ਦਾ ਪ੍ਰਬੰਧ ਕੀਤਾ ਸੀ ਭੈਣ ਜੀ ਉਹਨੇ ਗੱਲ ਛੇੜੀ ਬੇਬੇ ਤਾਂ ਨੂੰ ਕੀ ਦੱਸੀ ਜਾਂਦੀ ਸੀ ਹੌਲੀ ਹੌਲੀ ਕੁਛ ਨਹੀਂ ਬਸ ਉਹੀ ਗੱਲ ਦੱਸਦੀ ਸੀ ਜਿਹੜੀ ਗਿੱਲਾਂ ਦੀ ਬਹੂ ਨੇ ਇਹਨੂੰ ਕਹੀ ਹੈ ਉਹੀ ਦੱਸਦੀ ਸੀ ਮੈਨੂੰ ਫਿਰ ਤੈਂ ਕਿਹਾ ਲੈ ਮੈਂ ਕੀ ਕਹਿਣਾ ਸੀ ਸੁਣਦੀ ਰਹੀ ਚੁੱਪ ਕਰਕੇ ਨਾ ਤੂੰ ਕਿਹਾ ਨਹੀਂ ਵੀ ਠੀਕ ਆ ਕਿਸਰੋ ਨੇ ਨਜ਼ਰਾਂ ਤਾਂ ਚੁੱਕ ਕੇ ਉਸ ਵੱਲ ਧਿਆਨ ਨਾਲ ਵੇਖਿਆ ਉਹਦੀਆਂ ਨਜ਼ਰਾਂ 'ਚ ਉਹ ਸਹਿਮਤੀ ਸਾਫ਼ ਨਜ਼ਰ ਆ ਰਹੀ ਸੀ ਨਾ ਤੈਨੂੰ ਮਨਜ਼ੂਰ ਹੈ ਉਸਾਕ ਉਹਨੇ ਕੋਖਵੀਆਂ ਨਜ਼ਰਾਂ ਨਾਲ ਸਿਮਰੋ ਵੱਲ ਵੇਖਿਆ ਲੈ ਉਹ ਮਨਜ਼ੂਰ ਰੁਕੀਆ ਮੈਂ ਤਾਂ ਕਹਿੰਨੀ ਆ ਸੁਖ ਹੋਣਾ ਚਾਹੀਦਾ ਬੰਦੇ ਨੂੰ ਸਿਮਰੋ ਨੇ ਖੁੱਲ ਕੇ ਆਪਣੀ ਰਜ਼ਾਮੰਦੀ ਪ੍ਰਗਟ ਕਰਦੀ ਸਿਮਰੋ ਤੂੰ ਅਜੇ ਨਿਆਣੀ ਐ ਪਹਣੇ ਤਨੂ ਨੂੰ ਨਹੀਂ ਪਤਾ ਇਹਨਾਂ ਗੱਲਾਂ ਦਾ ਜਿਹੜੀ ਜਿਹੜੀ ਜਨਾਨੀ ਅੱਜ ਔਲਾਦ ਦੀ ਖਾਤਰ ਆਪਣੇ ਘਰ ਵਾਲੇ ਦਾ ਦੂਜਾ ਵਿਆਹ ਆਪਣੇ ਹੱਥੀ ਕਰ ਰਹੀ ਆ ਕੱਲ ਨੂੰ ਏਸੇ ਤੀਵੀਂ ਦੇ ਤੇਵਰ ਬਦਲ ਜਾਣੇ ਆ ਜਿਉਣਾ ਦੁੱਬਰ ਹੋ ਜੂ ਜਿਉਣਾ ਦੁੱਬਰ ਹੋ ਜੂ ਤੇਰਾ ਸੁਦੈਣੇ ਸੌਕਣ ਤਾਂ ਮਿੱਟੀ ਦੀ ਵੀ ਇਮਾਨ ਨਹੀਂ ਹੁੰਦੀ ਕਿਸਰੋ ਨੇ ਆਪਣੀ ਉਮਰ ਮੁਤਾਬਕ ਉਹਨੂੰ ਸਿਆਣੀ ਮਤ ਦਿੱਤੀ ਭੈਣੇ ਬਣਾ ਕੇ ਰੱਖਣੀ ਤਾਂ ਬੰਦੇ ਤੇ ਆਪਣੇ ਵਾਸਤੇ ਗੱਲ ਹੁੰਦੀ ਆ ਕਿ ਕਿ ਨਹੀਂ ਜਦੋਂ ਮੈਂ ਘਰ ਦਾ ਸਾਰਾ ਕੰਮ ਕਰੂੰਗੀ ਕਿਸੇ ਦੇ ਮੂਰੇ ਨਹੀਂ ਬੋਲੂੰਗੀ ਅਗਲਿਆਂ ਨੂੰ ਆਪੇ ਪਿਆਰੀ ਲੱਗੂੰਗੀ ਨਾਲੇ ਭਾਬੀ ਕਹਿੰਦੀ ਸੀ ਕਿ ਉਹ ਤਾਂ ਰਹਿੰਦੇ ਵੀ ਦੋਵੇਂ ਜੀ ਆ ਉੱਥੇ ਕਿਹੜਾ ਕੋਈ ਬਹੁਤਾ ਵੱਡਾ ਟੱਬਰ ਕੁੜੀ ਨੇ ਆਪਣੇ ਵਿਚਾਰਾਂ ਦੇ ਪੱਖ 'ਚ ਦਲੀਲ ਦਿੱਤੀ ਪਰ ਕੱਲ੍ਹ ਕੋ ਲੋਤਰ ਨੂੰ ਕੋਈ ਕਲਾ ਕਲੇਸ਼ ਪੈ ਗਿਆ ਫੇਰ ਕੌਣ ਜ਼ਿੰਮੇਵਾਰ ਹੈ ਵੱਡੀ ਭੈਣ ਨੇ ਉਹਨੂੰ ਆਉਣ ਵਾਲੇ ਸਮੇਂ ਦੀਆਂ ਮੁਸ਼ਕਲਾਂ ਚੇਤੇ ਕਰਾਈਆਂ ਉਹ ਕੁਝ ਨਹੀਂ ਹੁੰਦਾ ਬਸ ਮੈਨੂੰ ਨਹੀਂ ਪਤਾ ਤੂੰ ਅੱਜ ਸਬਬ ਨਾਲ ਆ ਗਈ ਤੂੰ ਬੇਬੇ ਨੂੰ ਮਨਾ ਲੈ ਕਿਵੇਂ ਨਾ ਕਿਵੇਂ ਬਾਪੂ ਨੇ ਤਾਂ ਭਲਾਂ ਤੇਰਾ ਕਿਹਾ ਮੋੜਨਾ ਹੀ ਨਹੀਂ ਚੰਗਾ ਭਾਈ ਜੇ ਤੂੰ ਐਵੇਂ ਹੀ ਰਾਜ਼ੀ ਹੈ ਤਾਂ ਮੈਂ ਬੇਬੇ ਨੂੰ ਮਨਾ ਲੈਂਨੀ ਆ ਔਖੇ ਸੋਖੀ ਬੇਬੇ ਅਸਿਮਰੋ ਤਾਂ ਰਾਜੀ ਆ ਉਸ ਸਾਖ ਬਾਬਤ ਕੁੜੇ ਹੈ ਮਾਂ ਦਾ ਹੈਰਾਨੀ ਨਾਲ ਮੂੰਹ ਅੱਡਿਆ ਹੀ ਰਹਿ ਗਿਆ ਆਹੋ ਬੇਬੇ ਇਹ ਕਹਿੰਦੀ ਆ ਵੀ ਜੇ ਉੱਥੇ ਇੰਨਾ ਸੁੱਖ ਆਰਾਮ ਹੈ ਫਿਰ ਉੱਥੇ ਰਿਸ਼ਤਾ ਕਰਨ ਚ ਹਰਜ ਵੀ ਕੀ ਹੈ ਬਾਕੀ ਤੂੰ ਬਾਪੂ ਆਏ ਤਾਂ ਸਲਾਹ ਕਰ ਲਈ ਪੁੱਤੇ ਦੀ ਹੈ ਜੇ ਅਲੇਲ ਮੱਤ ਹੈ ਇਹਨੂੰ ਅਜੇ ਨਹੀਂ ਪਤਾ ਇਹੋ ਜੀਆਂ ਡੂੰਗੀਆਂ ਰਮ ਜਾਂਦਾ ਤੁਸੀਂ ਆਣੀ ਬਿਆਣੀ ਵੀ ਇਸ ਨਿਆਣੀ ਦੇ ਪਿੱਛੇ ਲੱਗ ਗਈ ਚਲ ਬੇਬੇ ਠੀਕ ਆ ਫਿਰ ਜਿਵੇਂ ਕਹਿੰਦੀ ਆ ਮਾੜਾ ਮੋਟਾ ਤਾਂ ਵਾਧਾ ਘਟਾ ਚੱਲਣਾ ਹੀ ਪਊ ਮਾੜਾ ਮੋਟਾ ਤਾਂ ਵਾਧਾ ਘਟਾ ਚੱਲਣਾ ਹੀ ਪਊ ਊਂ ਕਿਹੜਾ ਆਪਣੇ ਵਰਗਿਆਂ ਨੂੰ ਇਹੋ ਜਿਹਾ ਘਰਬਾਰ ਮਿਲਣਾ ਸੀ ਕੁੜੀ ਤਾਂ ਐਸ ਕਰੂ ساری ਉਮਰ ਸਾਨੂੰ ਦੋਹਾਂ ਭੈਣਾਂ ਨੂੰ ਹੀ ਦੇਖ ਲਾ ਕਿਵੇਂ ਨਰਕ ਢੋਈ ਦਾ ਦਿਨ ਰਾਤ ਸਿਮਰੋ ਤੋਂ ਸੁਣੀਆਂ ਗੱਲਾਂ ਨਾਲ ਕੇਸਰੋ ਦੇ ਮਨ ਅੰਦਰ ਦੱਬੀਆਂ ਘੁੱਟੀਆਂ ਰੀਝਾਂ ਮਚਲ ਉੱਠੀਆਂ ਸਨ ਪੁੱਤ ਮੇਰਾ ਮਨ ਨਹੀਂ ਮੰਨਦਾ ਹੋਰ ਨਾ ਕਿਤੇ ਲੈਣੇ ਦੇ ਦੇਣੇ ਪੈ ਜਾਣ ਮਾਂ ਅਜੇ ਵੀ ਚਿੱਤੀ ਚ ਸੀ ਕੇਸਰੋ ਨੇ ਤਾਂ ਉਸੇ ਦਿਨੀ ਸ਼ਾਮ ਨੂੰ ਮੁੜ ਜਾਣਾ ਸੀ ਪਰ ਘਰ ਚ ਸਥਿਤੀ ਅਜਿਹੀ ਬਣ ਗਈ ਸੀ ਕਿ ਉਹਨੂੰ ਰਹਿਣਾ ਪੈ ਗਿਆ ਰਾਤ ਨੂੰ ਘਰ ਆਏ ਬਾਪੂ ਨੂੰ ਕੇਸਰੋ ਨੇ ਗੱਲਾਂ ਇਉਂ ਵਿਧਾ ਚੜਾ ਕੇ ਦਸੀਆਂ ਜਿਵੇਂ ਉਹ ਆਪ ਉਹਨਾਂ ਦੇ ਘਰੇ ਜਾ ਕੇ ਸਾਰਾ ਕੁਝ ਅੱਖੀਂ ਵੇਖ ਕੇ ਆਈ ਹੋਵੇ ਬਾਪੂ ਵੀ ਬੇਬੇ ਵਾਂਗ ਲੰਮੀ ਸੋਚਦਾ ਸੀ ਇਸ ਲਈ ਉਹਨੇ ਵੀ ਪੰਦੇ ਸੱਟੇ ਨਾ ਕਰਤੀ ਕੇਸਰੋ ਪੁੱਤ ਅੱਪਾ ਕਿ ਲੈਣਾ ਉਹਨਾਂ ਦੀ ਅਮੀਰੀ ਤੋਂ ਇੱਕ ਮਿਆਂ ਚ ਨੀ ਦੋ ਤਲਵਾਰਾਂ ਟਿਕਦੀਆਂ ਹੁੰਦੀਆਂ ਕਦੇ ਵੀ ਫਿਰ ਜੋ ਪਛਤਾਉਂਦੇ ਫਿਰਾਂਗੇ ਲੈ ਬਾਬੂ ਤੂੰ ਗੱਲ ਕੀ ਕਰਦੀ ਆਪੇ ਕੱਟੀ ਜਾਣਗੀਆਂ ਦੋਵੇਂ ਜਣੀਆਂ ਆਪਣੇ ਪਿੰਡ ਚ ਹੀ ਦੇਖ ਲਿਆ ਕਈ ਜ਼ਿਮੀਂਦਾਰਾਂ ਦੇ ਘਰ ਹੀ ਦੋ ਦੋ ਟੱਬਰ ਨੇ ਕਿਤੇ ਕਿਸੇ ਦੀ ਪਿੰਖ ਵੀ ਬਾਹਰ ਨਿਕਲਦੀ ਸੁਣੀ ਆ ਕਦੇ ਅੱਜ ਕੱਲ ਦੀ ਮਹਿੰਗਾਈ ਚ ਕੁੜੀਆਂ ਵਿਆਹਣੀਆਂ ਜਿਹੜਾ ਸੌਖੀਆਂ ਨੇ ਆ ਮਾਮੂਲੀ ਜੇ ਮਾਮੂਲੀ ਜੇ ਵਿਆਹ ਤੇ ਹੀ 40-50 ਹਜ਼ਾਰ ਰੁਪਈਆ ਖਰਚ ਆ ਜਾਂਦਾ ਤੇ ਤਦੋਂ ਤੱਕ ਸਾਡੇ ਵਿਆਹਾਂ ਦਾ ਕਰਜ਼ਾ ਨਹੀਂ ਲੱਥਿਆ। ਅਗਲੇ ਹੰਤੇ ਨਾ ਕੱਪੜਿਆਂ ਚ ਕੱਪੜਿਆਂ ਚ ਕੁੜੀ ਲੈ ਜਾਣੀ ਹੈ। ਤਾਂ ਕੁੜੀ ਵੀ ਐਸ ਕਰੂ ساری ਉਮਰ। ਕਿਸਰੋ ਨੇ ਪਿਓ ਨੂੰ ਸਾਰੇ ਫਾਇਦੇ ਸਮਝਾਏ। ਉਹਨਾਂ ਚਿਹਰੋ ਦਾ ਖਹਿੜਾ ਨਾ ਛੱਡਿਆ। ਜਿੰਨਾ ਚਿਹਰੋ ਤੋਂ ਹਾਂ ਨਾ ਕਰਵਾ ਲਈ। ਫਿਰ ਉਹ ਆਪ ਹੀ ਗਿੱਲਾਂ ਦੇ ਘਰੇ ਜਾ ਕੇ ਦੱਸ ਆਈ ਕਿ ਅਸੀਂ ਉਸ ਸਾਖ ਬਾਬਤ ਰਜ਼ਾਮੰਦ ਆ। ਬੁਚੋਲਨ ਭਾਬੀ ਨੇ ਆਪਣੇ ਭਰਾ ਨੂੰ ਸੁਨੇਹਾ ਭੇਜਤਾ ਸੀ। ਤਾਂ ਦੂਜੀ ਧਿਰ ਨੂੰ ਕੁੜੀ ਵਿਖਾਉਣ ਲਈ ਝਟ ਤਰੀਖ ਮਿਥ ਲਈ। ਦੋਵੇਂ ਜੀ ਅੰਤਾਂ ਦੇ ਕਾਲੇ ਛੋਲੇ ਸੀ ਤੇ ਦਿਨਾਂ ਚ ਸਭ ਕੁਝ ਹੋ ਗਿਆ ਉਚੇਜ ਤਾਂ ਦੋਹਾਂ ਪਾਸਿਆਂ ਨੇ ਕੋਈ ਕਰਨੀ ਨਹੀਂ ਸੀ ਬਸ ਕੁੜੀ ਤੋੜਨੀ ਸੀ ਅਗਲੇ ਨੇ ਤਿੰਨ ਕਪੜਿਆਂ ਚ ਕੁੜੀ ਤੋੜਦੀ ਪਹਿਲੇ 10 20 ਦਿਨ ਤਾਂ ਚੰਗੇ ਲੰਘ ਗਏ ਪਰ ਛੇਤੀ ਸਿਮਰੋ ਨੂੰ ਮਾਂ ਦੀਆਂ ਕਈਆਂ ਗੱਲਾਂ ਯਾਦ ਆਉਣ ਲੱਗ ਪਈਆਂ ਸਿਮਰੋ ਘਰ ਦਾ ਸਾਰਾ ਕੰਮ ਕਰਦੀ ਨੀਵੀ ਹੋ ਕੇ ਰਹਿੰਦੀ ਚੁੱਪ ਕੇ ਗੱਲ ਕਰਦੀ ਸੌਂਕਣ ਨੂੰ ਉਹ ਫੇਰ ਵੀ ਵਿਅਵਹਾਰਗੀ ਲੱਗਦੀ ਘਰ ਚ ਲੜਾਈ ਕਲੇਸ਼ ਰਹਿਣ ਲੱਗ ਪਿਆ ਦੋ ਜਨਾਨੀਆਂ ਦੇ ਝਮੇਲੇ 'ਚ ਫਸਿਆ ਘਰ ਵਾਲਾ ਆ ਡੌਖਾ ਸੀ ਆਖਰ ਇੱਕ ਧਿਰ ਕਿੰਨਾ ਕਚਿਰ ਚੁਕੀ ਜਾਂਦੀ ਸਿਮਰੋ ਵੀ ਹੁਣ ਮੂਰੇ ਬੋਲਣ ਲੱਗ ਪਈ ਸੀ ਵੱਡੀ ਬੋਟੀ ਉਹਨੂੰ ਘਰੋਂ ਕੱਢਣ ਤੇ ਤੁਲੀ ਹੋਈ ਸੀ ਸਿਮਰੋ ਦਾ ਪੈਰ ਭਾਰਾ ਸੀ ਘਰ 'ਚ ਖੁਸ਼ੀ ਹੋਣੀ ਚਾਹੀਦੀ ਸੀ ਪਰ ਉੱਥੇ ਸੋਗ ਪੈ ਗਿਆ ਵੱਡੀ ਬਹੂ ਨੂੰ ਇਹੀ ਡਰ ਲੱਗਿਆ ਰਹਿੰਦਾ ਭਈ ਜੇ ਇਹਦੇ ਮੁੰਡਾ ਹੋ ਗਿਆ ਇਹਦੇ ਤਾਂ ਪੈਰ ਲੱਗ ਜਾਣਗੇ ਤੇ ਮੇਰਾ ਇਸ ਘਰ 'ਚੋਂ ਸ਼ਾਇਦ ਰਿਜ਼ਕ ਪਾਣੀ ਮੁੱਕ ਜਾਏ ਉਹ ਬਹਾਨੀ ਬਹਾਨੀ ਕੰਗ ਖੜੀ ਰੱਖਦੀ। ਹੁਣ ਉਹ ਆਪਸ ਚ ਬੋਲਦੀਆਂ ਵੀ ਨਹੀਂ ਸੀ। ਕਜਿਏ ਕਲੇਸ਼ ਤੋਂ ਅੱਖੀ ਹੋਈ ਸਿਮਰੋ ਗੁੱਸੇ ਹੋ ਕੇ ਪਿੱਕੀ ਚਲੀ ਜਾਂਦੀ। ਕਦੇ ਘਰ ਵਾਲਾ ਆਪ ਜਾ ਕੇ ਲਿਆਉਂਦਾ, ਕਦੇ ਉਹ ਆਪੇ ਆ ਜਾਂਦੀ। ਮਾਪੇ ਵਖਰੇ ਪਰੇਸ਼ਾਨ ਸਨ। ਉਸ ਘੜੀ ਨੂੰ ਪਛਤਾ ਰਹੇ ਸਨ ਜਦੋਂ ਨਿਆਣੀਆਂ ਕੁੜੀਆਂ ਦੇ ਪਿੱਛੇ ਲੱਗ ਕੇ ਰਿਸ਼ਤਾ ਕਰਨ ਦੀ ਕਾਲੀ ਕਰ ਬੈਠੇ ਸੀ। ਸਿਮਰੋ ਨੇ ਆਪਣੇ ਵਰਗੇ ਹੀ ਸੋਹਣੇ ਸੁਨੱਖੇ ਮੁੰਡੇ ਨੂੰ ਜਨਮ ਦਿੱਤਾ। ਪਰ ਉਹਦੇ ਘਰ ਕਲੇਸ਼ ਹੋਵੇਂ ਹੀ ਹੀਰਿਆ। ਤਤੋ ਭੈਰ ਦੇ ਕਲੇਸ਼ ਤੋਂ ਅੱਕੇ ਹੋਏ ਘਰ ਵਾਲੇ ਨੇ ਦੋਹਾਂ ਜਨਾਨੀਆਂ ਨੂੰ ਆਪੋ ਆਪਣੀ ਰੋਟੀ ਅੱਡ ਪਕਾਉਣ ਲਈ ਕਹਿਤਾ। ਘਰ ਦੋ ਹਿੱਸਿਆਂ 'ਚ ਵੰਡਤਾ ਗਿਆ। ਹੁਣ ਕਲੇਸ਼ ਉਹਦੇ ਬੈਣ ਖਲੋਣ ਦਾ ਪੈ ਜਾਂਦਾ। ਸਿਮਰੋ ਦੇ ਚਾਲ ਚੱਲਣ ਤੇ ਵੀ ਉਜਾਂ ਲੱਗਣ ਲੱਗ ਪਈਆਂ ਸੀ। ਉੱਥੇ ਉਹਦਾ ਵਸੇਬਾ ਦਿਨ ਬਦਿਨ ਦੁੱਬਰ ਹੁੰਦਾ ਜਾ ਰਿਹਾ ਸੀ। ਇਸ ਨਾਂ ਮੁੱਕਣ ਵਾਲੇ ਕਲੇਸ਼ ਤੋਂ ਅੱਕੀ ਹੋਈ ਸਿਮਰੋ ਨੇ ਇੱਕ ਦਿਨ ਮਾਪਿਆਂ ਨੂੰ ਮੂੰਹ ਭਰ ਕੇ ਕਹਿਤਾ ਜੇ ਮੈਨੂੰ ਜਿਉਂਦੀ ਜਾਗਦੀ ਦੇਖਣਾ ਚਾਹੁੰਦੇ ਹੋ ਤਾਂ ਉੱਥੋਂ ਮੇਰਾ ਛੁਟਕਾਰਾ ਕਰਵਾ ਦਿਓ। ਕਾਰ ਵਾਲਾ ਤਾਂ ਪਹਿਲਾਂ ਹੀ ਇਹੀ ਚਾਹੁੰਦਾ ਸੀ ਉਹਨੇ ਤਾਂ ਬੱਚਾ ਹੋਣ ਤੋਂ ਬਾਅਦ ਸਿਮਰੋ ਚ ਦਿਲਚਸਪੀ ਲੈਣੀ ਛੱਡਤੀ ਸੀ ਤੇ ਜਦੋਂ ਕਦੇ ਰੁੱਸ ਕੇ ਪੇਕੀ ਚਲੀ ਜਾਂਦੀ ਉਹ ਮੁੰਡਾ ਉਹ ਤੋਂ ਖੋ ਲੈਂਦਾ ਉਹਦੀ ਨੀਤੀ ਪਹਿਲਾਂ ਤੋਂ ਹੀ ਬੱਚੇ ਨੂੰ ਮਾਂ ਤੋਂ ਦੂਰ ਰੱਖਣ ਦੀ ਸੀ ਪੈਸੇ ਵਾਲਾ ਆਦਮੀ ਸੀ ਉਹਨੇ ਪੈਸਿਆਂ ਦੀ ਫੰਡ ਦੇ ਕੇ ਗਰੀਬ ਮਾਪਿਆਂ ਦੀ ਅਨਪੜ੍ਹਤੀ ਨੂੰ ਤੁਰਦੀ ਕਰਤਾ ਤੇ ਬੱਚਾ ਆਪਣੇ ਕੋਲ ਰੱਖ ਲਿਆ ਉਹਨੇ ਸਿਮਰੋ ਨੂੰ ਵੜਿਆ ਕੇ ਉਹਦਾ ਕੋਰੇ ਕਾਗਜ਼ ਤੇ ਅੰਗੂਠਾ ਲਗਵਾ ਕੇ ਉੱਪਰ ਆਪੀ ਲਿਖ ਕੇ ਪੰਚਾਇਤ ਨੂੰ ਵਿਖਾਤਾ ਕਿ ਮੈਂ ਆਪਣੀ ਰਜ਼ਾਮੰਦੀ ਨਾਲ ਹੀ ਮੁੰਡਾ ਘਰ ਵਾਲੇ ਕੋਲ ਛੱਡ ਕੇ ਜਾ ਰਹੀ ਹਾਂ 6-7 ਸਾਲਾਂ ਦੀ ਖੱਜਲ-ਖੁਆਰੀ ਤੋਂ ਬਾਅਦ ਮਾਪਿਆਂ ਨੇ ਸਿਮਰੂ ਇਸੇ ਕਰਮੇ ਨਾਲ ਤੋੜਤੀ ਸੀ ਕਰਮਾਂ ਚੌਂਜਵਾਕਾਂ ਦਾ ਪਿਓ ਸੀ ਪਹਿਲੀ ਵਾਰਟੀ ਨਾਲ ਅਣਬਣ ਹੋ ਕੇ ਕਰਕੇ ਉਹਨਾਂ ਨੇ ਨਿਆਂ ਅਧੂ ਅਧਿਕਾਰ ਲਈ ਸੀ ਦੋਵੇਂ ਮੁੰਡੇ ਉਹ ਲੈ ਗਏ ਸੀ ਤੇ ਆਪਣੇ ਘਰ ਦੀ ਇੱਜ਼ਤ ਨੂੰ ਬਚਾਉਣ ਖਾਤਰ ਦੋਵੇਂ ਕੁੜੀਆਂ ਕਰਮੇ ਨੇ ਆਪਣੇ ਕੋਲ ਰੱਖ ਲਈਆਂ ਸੀ ਕਰਮਾ ਚੰਗਾ ਕਮਾਉ ਤਸੀਹੀ ਸੁਭਾ ਦਾ ਵੀ ਚੰਗਾ ਸੀ ਉਹ ਸਿਮਰੋ ਨੂੰ ਹਰ ਤਰ੍ਹਾਂ ਖੁਸ਼ ਵੇਖਣਾ ਚਾਹੁੰਦਾ ਸੀ ਪਰ ਸਿਮਰੋ ਪਿੱਛੇ ਛੱਡੇ ਆਪਣੇ ਬੱਚੇ ਕਾਰਨ ਪਰੇਸ਼ਾਨ ਸੀ ਸਗੋ ਪਛਤਾ ਰਹੀ ਸੀ ਮਨਾ ਇੱਥੇ ਬਗਾਨੀ ਔਲਾਦ ਨੂੰ ਪਕਾਪਕਾ ਖਵਾਨੀ ਆਪਣੀ ਢਿੱਡੋ ਜੰਮਿਆ ਮਤਰੇਈ ਦੇ ਵਸਪਾ ਆਈਆਂ ਹਾਈਵੇ ਡਾੜਿਆ ਰਬਾ ਕੀ ਹੋ ਗਿਆ ਸੀ ਮੇਰੀ ਮਾਤ ਨੂੰ ਚਲੋ ਜਾਣੇ ਮੈਂ ਬੱਚੇ ਦੀ ਖਾਤਰੀ ਨੀਵੀ ਹੋ ਜਾਂਦੀ ਮੈਂ ਕੀ ਲੈਣਾ ਸੀ ਬਰਾਬਰੀ ਕਰਕੇ ਕੱਟੀ ਜਾਂਦੀ ਔਖੀ ਸੌਖੀ ਦਿਹਾੜੇ ਪਰ ਵਸਦੀ ਕਿਹਦੇ ਉਹ ਤਾਂ ਮੇਰਾ ਪਰਛਾਵਾਂ ਦੇਖਣਾ ਵੀ ਪਸੰਦ ਨਹੀਂ ਸੀ ਕਰਦਾ ਹਰ ਗੱਲ ਨਾਲ ਮੈਨੂੰ ਅਨਪੜਵ ਜੱਟ ਘਟਿਆ ਖਾਨਦਾਨ ਦੀ ਦੱਸਦਾ ਹੁੰਦਾ ਸੀ ਤੇ ਮੈਂ ਵੀ ਕਿਹੜਾ ਘੱਟ ਬੋਲਦੀ ਸੀ ਇੱਕ ਦੀਆਂ 20 ਸੁਣਾਉਂਦੀ ਹੁੰਦੀ ਸੀ ਮਨੋ ਲੱਗੀ ਮੈਂ ਉਹਦੇੋਂ ਜੇ ਨਿਮਕੇ ਰਹਿੰਦੀ ਤਾਂ ਅੱਜ ਆਪਣੇ ਪੁੱਤ ਨੂੰ ਗੋਦੀ 'ਚ ਨਾ ਲਈ ਬੈਠੀ ਹੁੰਦੀ ਹੁਣ ਜੋ ਦਿਨ ਰਾਤ ਝੂਰਦੀਆਂ ਉਹ ਸੋਚੀ ਵੀ ਜਾਂਦੀ ਸੀ ਜਾਰ-ਜਾਰ ਰੋਈ ਵੀ ਜਾਂਦੀ ਸੀ ਮਨੋਂ ਕਲਪਨਾ ਵਿੱਚ ਉਹਨੂੰ ਲੱਗਿਆ ਜਿਵੇਂ ਪਿੰਦਰ ਆਪਣੇ ਨਿੱਕੇ ਨਿੱਕੇ ਪੋਟਿਆਂ ਨਾਲ ਉਹਦੇ ਹੰਝੂ ਪੂੰਝਦਾ ਕਹਿ ਰਿਹਾ ਹੋਵੇ ਚੁੱਪ ਕਰ ਮੰਮੀ ਰੋ ਨਾ ਮੈਨੂੰ ਕੋਈ ਦੁੱਖ ਨਹੀਂ ਮੈਂ ਠੀਕ ਹਾਂ ਪਾਪਾ ਬਹੁਤ ਪਿਆਰ ਕਰਦੇ ਨੇ ਮੈਨੂੰ ਬਹੁਤ ਚੀਜ਼ੀਆਂ ਲਿਆ ਕੇ ਦਿੰਦੇ ਨੇ ਥਾਂ ਨੂੰ ਫਿਰ ਉਹਨੂੰ ਲੱਗਿਆ ਜਿਵੇਂ ਬੱਚਾ ਹੋਰ ਨੇੜੇ ਆ ਕੇ ਉਹਦੀ ਛਾਤੀ ਨਾਲ ਲੱਗ ਗਿਆ ਹੋਵੇ ਤੇ ਆਪਣੀਆਂ ਨਿੱਕੀਆਂ ਨਿੱਕੀਆਂ ਬਾਹਾਂ ਉਹਦੇ ਗਲ 'ਚ ਪਾ ਤੀਆਂ ਹੋਣ ਸੋਹਣੇ ਪੁੱਤ ਕਦੇ ਮਾਂ ਤਤੜੀ ਨੂੰ ਯਾਦ ਕਰਦਾ ਹੁੰਨਾ ਕਿ ਨਹੀਂ ਕਰਦਾ ਹੁੰਨਾ ਮੰਮੀ ਜਦੋਂ ਮੈਂ ਤੈਨੂੰ ਯਾਦ ਕਰਕੇ ਰੋਣ ਲੱਗ ਜਾਂਦਾ ਤਾਂ ਪਾਪਾ ਕਹਿ ਦਿੰਦੇ ਨੇ ਆ ਵੇਖਾਂ ਤੇਰੀ ਮੰਮੀ ਬੈਠੀ ਉਹਨੂੰ ਨਾ ਬੁੱਤ ਹੁਣ ਯਾਦ ਕਰਿਆ ਕਰ ਉਹ ਤਾਂ ਮਰ ਗਈ ਆਹੋ ਪੁੱਤ ਸੱਚਾ ਹੈ ਤੇਰਾ ਪਿਓ ਮੈਂ ਮਰ ਗਈ ਆ ਸੱਚੀ ਹੋਈ ਜੇ ਜਿਉਂਦੀ ਹੁੰਦੀ ਤੈਨੂੰ ਛੱਡ ਕੇ ਕਿਉਂ ਆਉਂਦੀ ਸਿਆਣੇ ਕਹਿੰਦੇ ਹੁੰਦੇ ਆ ਵੀ ਬਾਂਦਰੀ ਮਰੇ ਹੋਏ ਬੱਚੇ ਨੂੰ ਵੀ ਉਹਨਾਂ ਚਿਰ ਕੁਛੜ ਚੁੱਕੀ ਰੱਖਦੀ ਐ ਜਿਨ੍ਹਾਂ ਚਿਰ ਉਹਦੀ ਕੁੱਖ ਚ ਨਵਾਂ ਬੱਚਾ ਨਹੀਂ ਆ ਜਾਂਦਾ ਮੈਂ ਜਾਏ ਖਾਣੇ ਦੀ ਤਾਂ ਜਾਨਵਰਾਂ ਤੋਂ ਵੀ ਗਈ ਗੁਜਰੀ ਹੋਗੀ ਇਉਂ ਸੋਚਦੀ ਦੀਆਂ ਉਹਦੀਆਂ ਪੁੱਭਾਂ ਨਿਕਲ ਗਈਆਂ ਤੇ ਉਹ ਖੀਰ ਨੇ ਪਾਉਣ ਲੱਗ ਪਈ ਉੱਥੇ ਕਿਹੜਾ ਕੋਈ ਉਹਨੂੰ ਵਰਾਉਣ ਵਾਲਾ ਬੈਠਾ ਸੀ ਬਸ ਰੋ ਧੋ ਕੇ ਆਪੇ ਚੁੱਪ ਕਰਕੇ ਬੈਠ ਗਈ ਉਹਨੂੰ ਤਾਂ ਆਪਣੇ ਆਪ ਦੀ ਸੁਧ ਬੁੱਧ ਨਹੀਂ ਸੀ ਸੋਚਾਂ ਨੇ ਉਹਦੇ ਅੰਦਰ ਖਔਰੂ ਪਾਇਆ ਹੋਇਆ ਸੀ ਕੁੜੀਆਂ ਕਪਾ ਦੀ ਵਾਰੀ ਗਈਆਂ ਹੋਈਆਂ ਸਨ ਕਰਮਾ ਉਹਦੀ ਗੱਲ ਤੋਂ ਛਿੜ ਕੇ ਬਾਹਰ ਬੰਦਿਆਂ ਚ ਜਾ ਬੈਠਾ ਸੀ ਕਿੰਨਾ ਹੀ ਚਿਰ ਹੋ ਗਿਆ ਸੀ ਗਏ ਨੂੰ ਲੈ ਦੇਖ ਲੈ ਮਨਾ ਅੱਜ ਹੀ ਮੁੰਡੇ ਦਾ ਨਾਂ ਲਿਆ ਮੱਛ ੁੱਠਿਆ ਨਾ ਧੂਣੀ ਚ ਪਾਇ ਤੇ ਲੰਗ ਉਹ ਵਿਚਾਰਾ ਜਵਾਕ ਕਿਹੜਾ ਇਹਦੇ ਘਰੋਂ ਖਾਣਾ ਹੁੰਦਾ ਕਿੰਨੇ ਹੀ ਚਿਰ ਮਗਰੋਂ ਕਰਮਾ ਉੱਠ ਕੇ ਘਰ ਆ ਗਿਆ ਸੀ ਉਹਨੇ ਦੇਖਿਆ ਚੁੱਲੇ ਤੇ ਧਰੀ ਪਤੀਲੀ ਚੋਂ ਦਾਲ ਨੇ ਉਬਲ-ਉਬਲ ਕੇ ਪਤੀਲੀ ਦਾ ਰੰਗ ਬਟਾਤਾ ਸੀ ਕੱਟੀ ਪਤਾ ਨਹੀਂ ਕਦੋਂ ਦੀ ਖੁੱਲ ਕੇ ਮੱਝ ਨੂੰ ਝੁੰਡੀ ਜਾ ਰਹੀ ਸੀ ਤੇ ਉਹਦੇ ਥਣਾ ਚੁੱਤੇ ਪੱਤੇ ਪਕਰ ਕੇ ਸਾਰਾ ਦੁੱਧ ਸੜਾਕ ਗਈ ਸੀ ਛੱਲੇ ਮੂਰੇ ਪਏ ਝੂਠੇ ਭਾਂਡਿਆਂ ਚ ਕਾਂ ਠੂੰਗੇ ਮਾਰ ਰਹੇ ਮਾਰ ਮਾਰ ਉੱਡੀ ਜਾ ਰਹੇ ਸਨ ਪਹਿਲਾਂ ਹੀ ਹਿਰਕੇ ਹੋਏ ਕਰਮੇ ਨੂੰ ਉਹ ਸਭ ਕੁਝ ਦੇਖ ਕੇ ਹੋਰ ਵੀ ਚੇ ਚੜ ਗਈ ਕਿਉਂ ਕੌਣ ਮਰ ਗਿਆ ਤੇਰਾ ਜਿਹਦੀ ਫੂੜੀ ਵਿਛਾਈ ਬੈਠੀ ਐ ਸਵੇਰ ਦੀ ਉਹਨੇ ਪਤਨੀ ਨੂੰ ਲਾਲ ਪੀਲੇ ਹੁੰਦੇ ਆ ਪੁੱਛਿਆ ਇਕ ਬੋਲ ਸਿੱਧੇ ਤੌਰ ਤੇ ਸਿਮਰੋ ਦੇ ਮੁੰਡੇ ਬਾਰੇ ਬੋਲੇ ਗਏ ਸਨ ਜਿਨ੍ਹਾਂ ਤੋਂ ਸਿਮਰੋ ਬੁਰੀ ਤਰ੍ਹਾਂ ਪੜਕੁੱਠੀ ਸੀ ਫਿਰ ਉਹ ਵੀ ਬਰਬਰੀ ਤੇ ਉਤਰਾਈ ਮਰਨ ਤੇਰੇ ਭੈਣ ਭਰਾ ਨਾਲੇ ਤੇਰੇ ਮਾਂ ਪਿਓ ਨਾਲੇ ਤੇਰਾ ਸਾਰਾ ਸਰੀਕਾ ਕਬੀਲਾ ਤੇ ਅੰਗ ਸਾਥ ਮੇਰਾ ਕੋਈ ਕਾਹਤੂ ਮਰੇ ਕਹਿਣ ਦੀ ਧੀਰਸੀ ਕਿ ਕਰਮੇ ਨੇ ਗੰਧੀਆਂ ਕਾਲਾਂ ਦੀ ਵਿਛਾੜ ਕਰਦੇ ਆ ਪੁਰਾਣੀ ਚੁੱਕ ਲਈ ਤੇ ਸਿਮਰੋ ਦਾ ਅੰਗ ਅੰਗ ਬੁਰੀ ਤਰ੍ਹਾਂ ਪੰਦ ਸੁੱਟਿਆ ਰਾਤ ਨੂੰ ਉਹ ਬਿਨਾਂ ਖਾਧਿਆਂ ਪਕਾਇਆ ਹੀ ਅੰਦਰ ਵੜ ਕੇ ਪੈ ਗਈ। ਥੱਕੀਆਂ ਹਾਰੀਆਂ ਕੁੜੀਆਂ ਨੇ ਆ ਕੇ ਆਪੇ ਹੀ ਰੋਟੀ ਟੁਕਦਾਰ ਕੀਤਾ। ਮੁੜ ਕੁੜੀਏ ਅੱਧਰ ਕਿਧਰ ਨੂੰ ਤੁਰੀ ਜਾਨੀ ਐ ਮੂੰਹ ਚੁੱਕੀ। ਸਿਮਰੋ ਨੂੰ ਅੰਦਰ ਰੋਟੀ ਫੜਾਉਣ ਜਾਂਦੀ ਕੁੜੀ ਨੂੰ ਪਿਓ ਨੇ ਦੱਪਕਾ ਮਾਰ ਕੇ ਪਿਛਾਂ ਮੋੜਦਾ। ਇਹ ਨਹੀਂ ਕਰਦੀ ਥੋੜਾ ਤੇ ਤੂੰ। ਇਹਨੂੰ ਤਾਂ ਆਪਣੇ ਪਿੱਛੇ ਛੱਡੇ ਟਿੰਗਰੇ ਦਾ ਹੀ 헤ਜ ਆਉਂਦਾ ਕੁੱਤੀ ਤੀਵੀ ਨੂੰ। ਇਹਦੇ ਬਹੁਤੇ ਖਰੇ ਪਿਆਰਿਆਂ ਨੇ ਫੇਰੇ ਰੱਖੀ ਵੀ ਨਾ। ਕਰਮਾ ਜੇ ਵੀ ਬੋਲੀ ਜਾ ਰਿਹਾ ਸੀ ਗੁੱਸੇ ਚ ਆਏ ਕਰਮੇ ਗਰਭਵਤੀ ਪਤਨੀ ਦੇ ਖੋਰੇ ਕਿਥੇ ਥਾਂ ਕੁਥਾਂ ਸੱਟਾਂ ਵੱਜ ਗਈਆਂ ਸਨ ਸਾਰੀ ਰਾਤ ਉਹ ਦਰਦਾਂ ਨਾਲ ਕਰਾਉਂਦੀ ਰਹੀ ਕਿਸੇ ਨੇ ਵੀ ਉੱਠ ਕੇ ਉਹਦੀ ਸਾਰ ਨਾ ਲਈ ਤੇ ਜਦੋਂ ਸਵੇਰੇ ਉੱਠ ਕੇ ਦੇਖਿਆ ਤਾਂ ਕਮਰੇ ਚ ਸਿਮਰੋ ਦੀ ਥਾਂ ਸਿਮਰੋ ਦਾ ਕਲਬੂਤ ਪਿਆ ਸੀ ਪਿੰਡ ਦੇ ਸਰਪੰਚ ਨੂੰ ਸਾਰੀ ਗੱਲ ਦੱਸ ਕੇ ਤੇ ਤੁਰੰਤ ਹੀ ਉਹਦੇ ਮਾਪੇ ਮੰਗਵਾ ਕੇ ਉਹਦੇ ਸੰਸਕਾਰ ਦਾ ਪ੍ਰਬੰਧ ਕੀਤਾ ਗਿਆ ਸਿਮਰੋ ਦੀ ਮਾਂ ਦੇ ਭੈਣ ਧਰਤੀ ਆਕਾਸ਼ ਦਾ ਸੀਨਾ ਛਲਨੀ ਕਰ ਰਹੇ ਸਨ ਪਤਾ ਨਹੀਂ ਕਿੱਥੋਂ ਕਰੁੱਤਾ ਬੱਦਲ ਚੜ੍ਹ ਕੇ ਆ ਗਿਆ ਤੇ ਮੋਲੇ ਧਰਮੀ ਪੈਣ ਲੱਗ ਪਿਆ ਜਿਵੇਂ ਰੱਬ ਵੀ ਹਾਵੇ ਮਾਰੀ ਮਾਂ ਦੇ ਸੋਗ ਹਾਵੇ ਮਾਰੀ ਮਾਂ ਦੇ ਸੋਗ ਵਿੱਚ ਝੰਮ ਝੰਮ ਨੀਰ ਵਹਾ ਰਿਹਾ ਹੋਵੇ ਤੇ ਉਹਦੇ ਮਾੜੇ ਲੇਖ ਲਿਖਣ ਤੇ ਪਛਤਾਵਾ ਕਰ ਰਿਹਾ ਹੋਵੇ ਧੰਨਵਾਦ